ਤੇ ਲਓ ਜੀ ਫਿਰ ਨਿੱਕਾ ਸਵਾਗਤ ਕਰਦੇ ਹਾਂ ਤੁਹਾਡਾ ਸਾਰੇ ਦਰਸ਼ਕਾਂ ਦਾ ਸਾਰੇ ਸਰੋਤਿਆਂ ਦਾ ਪ੍ਰੋਗਰਾਮ ਦੇ ਵਿੱਚ ਤੇ ਜਿਸ ਤਰ੍ਹਾਂ ਅਸੀਂ ਗੱਲਬਾਤ ਕਰ ਰਹੇ ਸੀ ਕਈ ਦਿਨਾਂ ਤੋਂ ਖਬਰਾਂ ਦੇ ਵਿੱਚ ਚਰਚਾ ਹੈ ਕਿ ਸਾਊਦੀ ਅਰਬ ਤੇ ਕੈਨੇਡਾ ਦੇ ਸਬੰਧ ਜਿਹੜੇ ਨੇ ਰਿਲੇਸ਼ਨਸ ਕਾਫੀ ਖਟਾਸ ਵਿੱਚ ਨੇ ਖਰਾਬ ਹੋ ਰਹੇ ਨੇ ਤੇ ਉਹਦੇ ਵਿੱਚ ਹੀ ਕਾਫੀ ਸਾਰੇ ਪੈਸੇਂਜਰਸ ਤੇ 에ਅਰਲਾਈਨਸ ਦੇ ਕਸਟਮਰਸ ਕਹਿ ਲਓ ਜਾਂ ਟਰੈਵਲ ਏਜੰਸੀਜ਼ ਦੇ ਕਲਾਇੰਟਸ ਕਹਿ ਲਓ ਉਹਨਾਂ ਨੂੰ ਵੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਸਾਊਦੀ ਅਰਬ 에ਅਰਲਾਈਨਸ ਨੇ ਕੈਨੇਡਾ ਨੂੰ ਆਉਣ ਵਾਲੀਆਂ ਫਲਾਈਟਸ ਬੰਦ ਕਰ ਦਿੱਤੀਆਂ ਤੇ ਅੱਜ ਪਹਿਲਾ ਦਿਨ ਸੀਗਾ ਕਿ ਜਦੋਂ ਟੋਰਾਂਟੋ 에ਅਰਪੋਰਟ ਤੇ ਉਹਨਾਂ ਦੀ ਫਲਾਈਟ ਨਾ ਹੀ ਪਹੁੰਚੀ ਤੇ ਨਾ ਹੀ ਇੱਥੋਂ ਫਿਰ ਜਾਣਾ ਤਾਂ ਕੀ ਸੀ ਕਿਉਂਕਿ ਜਹਾਜ਼ ਉਧਰੋਂ ਆਇਆ ਹੀ ਨਹੀਂ ਇਸ ਦੇ ਬਾਰੇ ਜਾਣਕਾਰੀ ਲਈਏ ਅਸੀਂ ਟਰੈਵਲ ਇੰਡਸਟਰੀ ਦੇ ਵਿੱਚ ਹੀ ਕਾਫੀ ਪ੍ਰੋਫੈਸ਼ਨਲੀ ਕੰਮ ਕਰ ਰਹੇ ਭਾਈ ਜਸਵੀਰ ਸਿੰਘ ਜੀ ਬੋਪਰ ਆਏ ਹੋਣਾ ਤੋਂ ਸਭ ਤੋਂ ਪਹਿਲਾਂ ਭਾਈ ਸਾਹਿਬ ਜੀ ਦਾ ਨਿੱਘਾ ਸਵਾਗਤ ਕਰੀਏ ਜੀ ਆਇਆਂ ਨੂੰ ਜੀ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਜਲਸਾ ਤੁਹਾਨੂੰ ਤੇ ਜਿੰਨੇ ਵੀ ਸਾਡੇ ਭੈਣ ਭਰਾ ਪ੍ਰੋਗਰਾਮ ਸੁਣ ਰਹੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਫਤਿਹ ਜੀ ਤੇ ਲਓ ਜੀ ਭਾਈ ਸਾਹਿਬ ਜੀ ਭਾਈ ਜਸਵੀਰ ਸਿੰਘ ਜੀ ਬੋਪਰ ਆਏ ਹਨ ਸਿੰਘ ਟਰੈਵਲਸ ਤੋਂ ਜੋ ਕਿ ਮਾਲਟਨ ਦੇ ਵਿੱਚ ਇਹਨਾਂ ਦਾ ਦਫ਼ਤਰ ਹੈ ਬਕਾਇਦਾ ਤੌਰ ਤੇ ਤੇ ਥੋੜਾ ਜਿਹਾ ਦੱਸੋ ਜੀ ਵੀ ਇਹ ਜਿਹੜੀ 에ਅਰਲਾਈਨ ਹੁਣ ਸਾਊਦੀ ਅਰਬ 에ਅਰਲਾਈਨਸ ਬੰਦ ਹੋਈ ਆ ਕਿੰਨੇ ਕੁ ਲੋਕ ਇਹਦੇ ਤੋਂ ਪ੍ਰਭਾਵਿਤ ਹੋ ਰਹੇ ਆ ਜੀ ਕਾਫੀ ਜ਼ਿਆਦਾ ਇੱਕਦਮ ਜਿਹੜਾ ਸਾਊਦੀ ਅਰਬ ਨੇ ਆਪਣਾ ਹੱਥ ਪਿੱਛੇ ਖਿੱਚ ਲਿਆ ਜੀ ਹਾਲਾਂਕਿ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਬਾਤਾਂ ਹੈ ਸੀਗੀਆਂ ਸਾਡੇ ਸਮਾਜ ਦੇ ਵਿੱਚ ਸਾਡੇ ਇੱਥੇ ਦੇ ਜਿਹੜਾ ਹਿਊਮਨ ਰਾਈਟਸ ਦੇ ਉੱਤੇ ਜਿਹੜਾ ਕੈਨੇਡਾ ਪਹਿਰਾ ਦਿੰਦਾ ਵਾ ਪਰ ਉਸ ਦੇ ਉੱਤੇ ਖੜਨ ਦੇ ਲਈ ਕਈ ਆ ਕਹਿੰਦੇ ਤੈਨੂੰ ਸੱਚ ਬੋਲਣ ਦੀ ਸਜ਼ਾ ਵੀ ਮਿਲ ਜਾਂਦੀ ਆ ਔਰ ਸੱਚ ਦੇ ਨਾਲ ਖੜਨ ਦੀ ਸੋ ਇਹੋ ਕੁਛ ਹੀ ਕੈਨੇਡਾ ਨਾਲ ਹੋਇਆ ਤੇ ਹੋ ਰਿਹਾ ਜੀ ਔਰ ਉਸ ਦੇ ਲਈ ਜਿਹੜਾ ਸਾਊਦੀ ਅਰਬ ਨੇ ਆਪਣਾ ਹੱਥ ਪਿੱਛੇ ਖਿੱਚਿਆ ਵਾ ਆਪਣੇ ਸਟੂਡੈਂਟਸ ਆਪਣਾ ਸਾਰਾ ਕੁਛ ਨਾਲ ਦੀ ਨਾਲ 에ਅਰਲਾਈਨ ਜਿਹੜੀ ਹੈਗੀ ਜੀ ਸਾਊਦੀ 에ਅਰਲਾਈਨ ਉਹ ਬੰਦ ਕਰ ਦਿੱਤੀ ਗਈ ਆ ਔਰ ਉਸ ਦੇ ਨਾਲ ਕਾਫੀ ਜਿੰਨਾ ਭੈਣਾਂ ਭਰਾਵਾਂ ਨੇ ਸਾਡਿਆਂ ਨੇ ਲੰਮੇ ਸਮੇਂ ਤੋਂ ਟਿਕਟਾਂ ਲਈਆਂ ਸੀ ਉਹਨਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨੀਆਂ ਦਾ ਕਿਉਂਕਿ ਦੂਜੀਆਂ 에ਅਰਲਾਈਨਾਂ ਜਿਹੜੀਆਂ ਖੜੇ ਪੈਰ ਇੱਕ ਤਾਂ ਉਹਨਾਂ ਨੇ $70-75 ਜਿਹੜੀ ਆ ਟਿਕਟ ਤਕਰੀਬਨ ਪਿਛਲੇ 2-3 ਦਿਨ ਤੋਂ ਇੰਨੀ ਕੁ ਮਹਿੰਗੀ ਹੋ ਗਈ ਆ ਪਲੱਸ ਜਿਨ੍ਹਾਂ ਨੇ ਇਹਨਾਂ ਦਿਨਾਂ ਦੇ ਵਿੱਚ ਟਰੈਵਲਿੰਗ ਕਰਨੀ ਸੀ ਉਹਨਾਂ ਨੂੰ ਅੱਜ ਤੋਂ ਬਾਅਦ ਜਿਨ੍ਹਾਂ ਦੀ ਬਹੁਤ ਜ਼ਿਆਦਾ ਪ੍ਰੋਬਲਮ ਜਿਹੜੀ ਆ ਆਈ ਆ ਜੀ ਉਹਨਾਂ ਨੂੰ ਕਿਉਂਕਿ ਉਹਨਾਂ ਨੂੰ ਜਦੋਂ ਤੁਸੀਂ ਸਟੈਂਡ ਬਾਈ ਟਿਕਟ ਲੈਂਦੇ ਤੁਹਾਨੂੰ ਪਤਾ ਬਹੁਤ ਮਹਿੰਗੀਆਂ 에ਅਰਲਾਈਨਾਂ ਤੋਂ ਟਿਕਟ ਮਿਲਦੀ ਆ ਠੀਕ ਆ ਜੀ ਹਾਲਾਂਕਿ ਭਾਵਾਂ ਕਿ ਉਹਨਾਂ ਨੇ ਰਿਫੰਡ ਵਾਅਦਾ ਕੀਤਾ ਕਿ ਅਸੀਂ ਉਹ ਜਿਹੜੀ ਹੈਗੀ ਆ ਮਨੀ ਤੁਹਾਡੀ ਰਿਫੰਡ ਕਰ ਰਹੇ ਆ ਪਰ ਫਿਰ ਵੀ ਜਿਹੜਾ ਲੋਸ ਜਿਹੜਾ ਹੈਗਾ ਵਾ ਸਾਡੇ ਭੈਣਾਂ ਭਰਾਵਾਂ ਦਾ ਜਿੰਨੇ ਵੀ ਯਾਤਰੀ ਜਾ ਰਹੇ ਆ ਭਾਵੇਂ ਉਹ ਦੁਨੀਆਂ ਦੇ ਕਿਸੇ ਮੁਲਕ ਵੀ ਜਾ ਰਹੇ ਆ ਸਾਊਦੀ ਅਰਬ ਤੋਂ ਗਾਂ ਇੰਡੀਆ ਜਾਣਾ ਸੀ ਪਾਕਿਸਤਾਨ ਜਾਣਾ ਸੀ ਜਾਂ ਹੋਰ ਮੁਲਕਾਂ 'ਚ ਜਾਣਾ ਸੀਗਾ ਸੋ ਉਹਨਾਂ ਨੂੰ ਕਾਫੀ ਲੋਸ ਹੋ ਰਿਹਾ ਜੀ ਠੀਕ ਹੈ ਜੀ ਭਾਈ ਸਾਹਿਬ ਇਹ ਦੱਸੋ ਥੋੜ੍ਹਾ ਜਿਹਾ ਵੀ ਇੱਕ ਆਮ ਵਿਅਕਤੀ ਵੈਸੇ ਕੋਸ਼ਿਸ਼ ਕਰ ਲਿਆ ਲੱਭਣ ਦੀ ਵੀ ਜੇ ਸਰਕਾਰਾਂ ਦੇ ਪੱਧਰ 'ਤੇ ਇਹ ਕਸ਼ਮਕਸ਼ ਹੈ ਅਤੇ ਆਮ ਵਿਅਕਤੀ ਦਾ ਕੀ ਕਸੂਰ ਸੀਗਾ ਜਿਹਨਾਂ ਨੂੰ ਇਹ ਇੰਨੀਆਂ ਪਰੇਸ਼ਾਨੀਆਂ ਹੁਣ ਹੋਣਗੀਆਂ ਕਿ ਰੀਬੁਕਿੰਗ ਜਿਹੜੀ ਆ ਤੁਸੀਂ ਕਰੋਗੇ ਅਤੇ ਇਸ ਤਰੀਕੇ ਦੇ ਨਾਲ ਥੋੜ੍ਹਾ ਜਿਹਾ ਪਹਿਲਾਂ ਇਹ ਦੱਸੋ ਵੀ ਕਿਉਂਕਿ ਅੱਜ ਕੱਲ੍ਹ ਸਮਰ ਹੈ ਵਿੰਟਰ ਦੇ ਵਿੱਚ ਤਾਂ ਆਮ ਪਤਾ ਲੱਗਦਾ ਵੀ ਕਾਫੀ ਲੋਕ ਭਾਰਤ ਵੀ ਜਾਂਦੇ ਨੇ ਟਰੈਵਲ ਕਰਦੇ ਨੇ ਪਰ ਅੱਜ ਕੱਲ੍ਹ ਸਮਰ ਦੇ ਵਿੱਚ ਵੀ ਆਪਣੇ ਲੋਕ ਕਾਫੀ ਟਰੈਵਲ ਕਰਦੇ ਜੀ ਇਹ ਸਾਊਦੀ ਅਰਬ 에ਅਰਲਾਈਨ ਦੇ ਵਿੱਚ ਸੀਗੇ ਬਹੁਤ ਜ਼ਿਆਦਾ ਜੀ ਇਹਨਾਂ ਦਿਨਾਂ ਵਿੱਚ ਤਾਂ 에ਅਰਲਾਈਨ ਦੀਆਂ ਟਿਕਟਾਂ ਨਹੀਂ ਮਿਲ ਰਹੀਆਂ ਕਿਉਂਕਿ ਇੱਧਰੋਂ ਜਾਂਦੇ ਆ ਤਾਂ ਉੱਧਰੋਂ ਵਾਪਸ ਕਿਉਂਕਿ ਸਟੂਡੈਂਟਸ ਜਿਹੜੇ ਇੰਨੇ ਕੁ ਇੱਥੇ ਧੜਾ ਧੜ ਜਿਸ ਤਰ੍ਹਾਂ ਆ ਰਹੇ ਆ ਕੈਨੇਡਾ ਦੇ ਵਿੱਚ ਚਲੋ ਸਾਨੂੰ ਲੋੜ ਵੀ ਹੈ ਕੈਨੇਡਾ ਨੂੰ ਬਹੁਤ ਜ਼ਿਆਦਾ ਵਧੀਆ ਕਿਉਂਕਿ ਪੜ੍ਹੇ ਲਿਖੇ ਜਦੋਂ ਲੋਕ ਆਉਣਗੇ ਤਾਂ ਉਹ ਕੈਨੇਡਾ ਦੀ ਤਰੱਕੀ ਦੇ ਵਿੱਚ ਹੋਰ ਯੋਗਦਾਨ ਪਾਉਣਗੇ ਸੋ ਉਸ ਕਰਕੇ ਜਿਹੜਾ ਇਹਨਾਂ ਦਿਨਾਂ ਦੇ ਵਿੱਚ ਖਾਸ ਕਰਕੇ ਅਗਸਤ ਸਪਟੈਂਬਰ ਦੇ ਵਿੱਚ ਸਾਡੇ ਕਾਲਜ ਸਕੂਲ ਸ਼ੁਰੂ ਹੋ ਰਹੇ ਆ ਸੋ ਇਹਨਾਂ ਦਿਨਾਂ ਦੇ ਵਿੱਚ ਤਾਂ 에ਅਰਲਾਈਨਾਂ ਇੰਨੀਆਂ ਕੁ ਜ਼ਿਆਦਾ ਮਹਿੰਗੀਆਂ ਜਿਹੜੀਆਂ ਆਮ ਨੋਰਮਲ ਜਿਹੜੀ $1,100-1,200 ਦੀ ਟਿਕਟ ਹੁੰਦੀ ਆ ਇਹਨਾਂ ਦਿਨਾਂ ਦੇ ਵਿੱਚ $2,000-2,500 ਤੱਕ ਦੀ ਟਿਕਟ ਜਿਹੜੀ ਆ ਮਿਲ ਰਹੀ ਆ ਤਕਰੀਬਨ ਬਹੁਤੀਆਂ 에ਅਰਲਾਈਨਾਂ ਦੇ ਵਿੱਚ ਜੇ ਆਪਾਂ 에ਅਰ ਕੈਨੇਡਾ ਦੀ ਗੱਲ ਕਰੀਏ ਜੈੱਟ ਦੀ ਕਰੀਏ ਐਮਰੇਟਸ ਜਾਂ ਹੋਰ 에ਅਰਲਾਈਨਾਂ ਦੇ ਵਿੱਚ ਤਾਂ ਜਦੋਂ ਆਪਾਂ ਆਪਣੇ ਮੁਲਕਾਂ ਤੋਂ ਆਉਂਦੇ ਹਾਂ ਤਾਂ ਸੀਟ ਹੀ ਅਵੇਲੇਬਲ ਨਹੀਂ ਹੈ ਜੀ ਅੱਛਾ ਜੀ ਜਦੋਂ ਹੁਣ ਵੀ ਪੱਕੇ ਤੌਰ ਤੇ ਬੰਦ ਹੋ ਗਈ ਹੈ ਕਿ ਜਾਂ ਦੇ ਦੁਬਾਰਾ ਵੀ ਚੱਲਣ ਦੀ ਕੋਈ ਆਸ ਹੈ ਉਹ ਐਨੀ ਟਾਈਮ ਹੋ ਸਕਦੇ ਜੀ ਉਹ ਜਦੋਂ ਜਿਹੜਾ ਉਹਨਾਂ ਦੀਆਂ ਕੰਡੀਸ਼ਨਸ ਹੈਗੀਆਂ ਵਾ ਉਹਨਾਂ ਦਾ ਕਰਕੇ ਆ ਪਰ ਮੈਂ ਇਹ ਜ਼ਰੂਰ ਬੇਨਤੀ ਕਰੂੰਗਾ ਐਜ ਏ ਕੈਨੇਡੀਅਨ ਸਿਟੀਜ਼ਨ ਹੋਣ ਦੇ ਨਾਤੇ ਕਿ ਜੇ ਨੈਕਸਟ ਟਾਈਮ ਇਹੋ ਜਿਹਾ ਸਟੈਪ ਲੈਣਾ ਤਾਂ ਪੱਕੇ ਪੈਰੀ ਜਿਹੜਾ ਹੈਗਾ ਕੈਨੇਡਾ ਸਾਡੀ ਸਰਕਾਰ ਜਿਹੜੀ ਹੈਗੀ ਆ ਇਹ ਜਿਹੜਾ ਸਾਡਾ ਆਪਣਾ ਮੰਤਰਾਲਾ ਜਿਹੜਾ ਹੈ ਸਾਡਾ ਜਿਹੜਾ ਇਹ ਵਿਭਾਗ ਆ ਹਵਾਈ ਜਿਹੜੀਆਂ ਉਡਾਨਾਂ ਦਾ ਜਾਂ ਆਵਾਜਾਈ ਦਾ ਇਹਨੂੰ ਪੱਕੇ ਤੌਰ ਦੇ ਉੱਤੇ ਜਿਹੜੀਆਂ ਹੈਗੀਆਂ ਕਿ ਤਾਂ ਕਿ ਜਿਹੜੇ ਸਾਡੇ ਇੱਥੋਂ ਦੇ ਸਿਟੀਜ਼ਨ ਹਨ ਜਾਂ ਸਾਡੇ ਜਿਹੜੇ ਇੱਥੋਂ ਦੇ ਵਸ਼ਿੰਦੇ ਆ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਆਵੇ ਨਾ ਉਹਨਾਂ ਨੂੰ ਆਵੇ ਬਹੁਤ ਜ਼ਿਆਦਾ ਜਿਹੜਾ ਭਵਿੱਖ ਹੈ ਜਿਸ ਤਰ੍ਹਾਂ ਸਾਊਦੀ ਨੇ ਆਪਣੇ ਬੱਚੇ ਉਹਨਾਂ ਨੂੰ ਕਹਿ ਤਾ ਸਟੂਡੈਂਟਸ ਨੂੰ ਜਾਂ ਹੋਰ ਜਿਹੜੇ ਆ ਸੋ ਉਹਨਾਂ ਦਾ ਤਾਂ ਭਵਿੱਖ ਦਾ ਲੱਗਾ ਜਿਹੜੇ ਸਮੈਸਟਰ ਸ਼ੁਰੂ ਕਰ ਰਹੇ ਜਾਂ ਜਿਹਨਾਂ ਦੀ ਪੜ੍ਹਾਈ ਅੱਧ 'ਤੇ ਗਈ ਆ ਉਹਨਾਂ ਦਾ ਕੀ ਵਿਚਾਰਿਆਂ ਦਾ ਕਸੂਰ ਆ
ਠੀਕ ਹੈ ਜੀ, ਪਰ ਟਰਾਂਸਪੋਰਟੇਸ਼ਨ ਕੈਨੇਡਾ ਅਤੇ ਇਸ ਦੇ ਨਾਲ ਹੀ ਸਾਡੇ ਪ੍ਰਾਈਮ ਮਿਨਿਸਟਰ ਸਾਹਿਬ, ਗਵਰਨਮੈਂਟ, ਭਾਵੇਂ ਕਿ ਹੋਰ ਦੇਸ਼ਾਂ ਨੇ ਬਹੁਤਾ ਸਾਥ ਨਹੀਂ ਦਿੱਤਾ, ਪਰ ਆਪਣੇ ਡਿਸੀਜਨ 'ਤੇ ਉਹ ਫਰਮ ਨੇ। ਉਹ ਕਹਿੰਦੇ ਸੀ ਜੀ ਅਪੋਲੋਜਾਈਜ਼ ਕਰੋ, ਅਤੇ ਕਹਿੰਦੇ ਵੀ ਅਪੋਲੋਜਾਈਜ਼ ਕਿਹੜੀ ਗੱਲ ਦੀ। ਸੋ ਲੇਕਿਨ ਥਾਣੇਦਾਰ ਬੈਠਾ ਸੀ ਗਵਾਂਢ ਦੇ ਵਿੱਚ, ਉਹ ਦਬਕੇ ਮਾਰਨ, ਸੋ ਇਸ ਕਰਕੇ ਥੋੜ੍ਹਾ ਜਿਹਾ ਵਾ। ਪਰ ਜਿਹੜੇ ਅਸੀਂ ਸ਼ਲਾਘਾ ਕਰਦੇ ਹਾਂ ਸਟੈਂਡ ਦੀ, ਜਿਹੜੇ ਟਰੂਡੋ ਸਾਹਿਬ ਨੇ ਲਿਆ ਵਾ, ਹਾਲਾਂਕਿ ਚਲੋ ਕਈ ਤਰ੍ਹਾਂ ਦੇ ਸਾਨੂੰ ਫੈਸਲੇ ਸੋਚਣੇ ਵੀ ਪੈਂਦੇ ਆ ਕੈਨੇਡਾ ਦੇ ਫਿਊਚਰ ਦੇ ਲਈ, ਵਧੀਆ ਫਿਊਚਰ ਦੇ ਲਈ, ਇਹਦੇ ਬੈਨੀਫਿਟ ਦੇ ਲਈ। ਪਰ ਜਿੱਥੇ ਆਪਾਂ ਐਜ ਏ ਸ਼ਾਂਤੀ ਪਸੰਦ ਆ ਜਾਂ ਹਾਂ ਦਾ ਨਾਰਾ ਮਾਰਨ ਦੇ ਲਈ ਮਸ਼ਹੂਰ ਹਾਂ, ਉੱਥੇ ਵੀ ਜਿਹੜਾ ਹੈਗਾ ਬਿਲਕੁਲ ਜਾਇਜ਼ ਆ ਕਿ ਕੈਨੇਡਾ ਹਮੇਸ਼ਾ ਹੀ ਜਿੱਥੇ ਹਿਊਮਨ ਰਾਈਟ ਵਾਇਲੇਸ਼ਨ ਹੁੰਦੀ ਆ ਉੱਥੇ ਹਾਂ ਦਾ ਨਾਰਾ ਮਾਰਦਾ, ਉਹਨਾਂ ਦੇ ਹੱਕ ਦੇ ਵਿੱਚ ਖੜਦਾ। ਸੋ ਇਹ ਵੀ ਜਿਹੜਾ ਆਪਣਾ ਫਰਜ਼ ਨਹੀਂ ਭੁੱਲਣਾ ਚਾਹੀਦਾ ਆਪਾਂ ਨੂੰ। ਕਈ ਵਾਰ ਇਹਨਾਂ ਚੀਜ਼ਾਂ ਦਾ ਨੁਕਸਾਨ ਹੁੰਦਾ ਵਾ, ਉਹ ਜਿਹੜਾ ਹੋ ਵੀ ਰਿਹਾ ਵਾ, ਪਰ ਉਹ ਕੋਈ ਬਿਗ ਡੀਲ ਨਹੀਂ ਹੈ ਜੀ। ਅੱਛਾ, ਥੋੜ੍ਹਾ ਜਿਹਾ ਇਹ ਦੱਸੋ ਵੀ ਹੁਣ ਇੱਕ ਤਾਂ ਦੱਸੋ ਵੀ ਜਿਹੜੇ ਕਲਾਇੰਟਸ ਇਹ ਟਰੈਵਲਰਸ ਹੈਗੇ ਆ ਜਿਹਨਾਂ ਨੂੰ ਰੂਟ ਚੇਂਜ ਸ਼ਾਇਦ ਕਰਨਾ ਪੈ ਸਕਦਾ ਜਾਂ ਏਅਰਲਾਈਨ 'ਤੇ ਚੇਂਜ ਕਰਨੀ ਹੀ ਪਏਗੀ, ਉਹ ਕੀ ਕਰਨ, ਅਤੇ ਜਾਂ ਫਿਰ ਜਿਹੜਾ ਇਹ ਪਹਿਲਾਂ ਟੋਰਾਂਟੋ ਜੱਦਾ ਦਿੱਲੀ ਜਾਂ ਬੰਬੇ ਰੂਟ ਸੀਗਾ, ਹੁਣ ਇਹਨੂੰ ਕਿਸ ਤਰ੍ਹਾਂ ਰੀਰੂਟ ਕਰ ਰਹੇ ਹੋ ਤੁਸੀਂ ਪ੍ਰੋਫੈਸ਼ਨਲ ਹੋਣ ਦੇ ਨਾਤੇ? ਇੱਕ ਤਾਂ ਜਿਹੜੀਆਂ ਏਅਰਲਾਈਨ ਦਾ ਏਅਰ ਜਿਹੜੀ ਆ ਸਾਊਦੀ ਏਅਰ ਤੋਂ ਜੀ, ਉਹ ਡਾਇਰੈਕਟ ਰਿਫੰਡ ਜਿਨ੍ਹਾਂ ਨੇ ਅਸੀਂ ਹਮੇਸ਼ਾ ਹੀ ਆਪਣੇ ਵੱਲੋਂ ਰਿਕਮੈਂਡ ਕਰਦੇ ਹਾਂ, ਜਿੰਨੇ ਵੀ ਸਾਡੇ ਭੈਣ ਭਰਾ ਵਾ, ਜਦੋਂ ਵੀ ਉਹ ਟਿਕਟ ਲੈਣੀ ਆ ਤਾਂ ਕੈਸ਼ ਨਾ ਲੈਣ। ਅੱਛਾ, ਕਿਉਂਕਿ ਕੈਸ਼ ਦੀ ਬਹੁਤ ਜ਼ਿਆਦਾ ਪ੍ਰੋਬਲਮ ਆ। ਇੱਕ ਤਾਂ ਮੋਸਟਲੀ ਅੱਜ ਕੱਲ੍ਹ ਸਾਡੀ ਜਿੰਨੀਆਂ ਵੀ ਕੈਨੇਡੀਅਨ ਬੈਂਕਸ ਆ, ਉਹ ਤੁਹਾਨੂੰ ਟਰੈਵਲ ਵੀਜ਼ੇ ਇਸ਼ੂ ਕਰਦੀ ਆ, ਉਹਦੇ ਉੱਤੇ ਤੁਹਾਡੀ ਮਹੀਨੇ ਦੀ ਕਈਆਂ ਦੀ 45 ਦਿਨ ਦੀ ਜਾਂ 15 ਦਿਨ ਦੀ ਤੁਹਾਡੀ ਇਨਸ਼ੋਰੈਂਸ ਕਵਰਡ ਹੁੰਦੀ ਆ। ਹਾਂਜੀ, ਪਲੱਸ ਉਹ ਤੁਹਾਡੇ ਕੋਲ ਪਰੂਫ ਹੁੰਦਾ ਲੀਗਲ ਤੌਰ ਦੇ ਉੱਤੇ, ਤੁਸੀਂ ਆਪਣੇ ਵੀਜ਼ਾ ਕਾਰਡ ਦੇ ਉੱਤੇ ਜਦੋਂ ਪੇਮੈਂਟ ਕਰਦੇ ਹਾਂ ਫੈਮਿਲੀ ਦੀ ਟਿਕਟ ਲੈਣੀ ਜਾਂ ਬਜ਼ੁਰਗਾਂ ਦੀ, ਸੋ ਉਹ ਹਮੇਸ਼ਾ ਹੀ ਮੈਂ ਤਾਂ ਕਦੇ ਵੀ ਕੈਸ਼ ਦੀ ਰਿਕਮੈਂਡ ਨਹੀਂ ਕਰਦਾ। ਛੇਤੀ ਕਿਤੇ ਆਪਾਂ ਕਹਿੰਦੇ ਹਾਂ ਵੀਜ਼ਾ ਤੁਸੀਂ ਦਿਓ, ਔਰ ਵੀਜ਼ੇ ਦੇ ਉੱਤੇ ਸਿੱਧਾ ਜਿਹੜਾ ਹੈਗਾ ਜੀ 10-15 ਬਿਜ਼ਨਸ ਡੇ ਉਹਨਾਂ ਨੇ ਕਿਹਾ ਵਾ, ਸੋ ਤੁਹਾਨੂੰ ਜਿਹੜੇ ਹੈਗੇ ਤੁਹਾਡੇ ਵੀਜ਼ਾ ਕਾਰਡ ਦੇ ਉੱਤੇ ਜਿਹੜੀ ਸਾਊਦੀ ਤੋਂ ਸਿੱਧਾ ਰਿਫੰਡ ਆਜੂਗਾ ਏਅਰਲਾਈਨ ਤੋਂ। ਠੀਕ ਹੈ ਜੀ, ਤੇ ਜਿਹਨਾਂ ਨੇ ਫਿਰ ਜਿਹੜੀਆਂ ਅਲਟਰਨੇਟਿਵ ਜਿਹੜੀਆਂ ਏਅਰਲਾਈਨਸ ਹੈ ਜੀ, ਇਸ ਵੇਲੇ ਐਮਰੇਟਸ ਜਿਹੜੀ ਹੈਗੀ ਆ ਬਹੁਤ ਵਧੀਆ ਪ੍ਰਾਈਸ ਦੇ ਰਹੀ ਆ, ਨਾਲ ਦੀ ਨਾਲ ਏਅਰ ਕੈਨੇਡਾ ਕਿਸੇ ਨੇ ਜਾਣਾ ਵਾ, ਜੈੱਟ 'ਤੇ ਜਾਣਾ ਜਾਂ ਹੋਰ ਬਹੁਤ ਸਾਰੀਆਂ ਏਅਰਲਾਈਨ ਹੈਗੀਆਂ ਵਾ, ਜਿਸ ਤਰ੍ਹਾਂ ਆਪਾਂ ਆਬੂ ਧਾਬੀ ਰਾਹੀਂ ਜਾ ਸਕਦੇ ਹਾਂ ਜਾਂ ਹੋਰ ਕੰਟਰੀਆਂ ਰਾਹੀਂ, ਜ਼ਰੂਰੀ ਨਹੀਂ ਆਪਾਂ ਜੱਦਾ ਰਾਹੀਂ ਜਾਣਾ ਜਾਂ ਸਾਊਦੀ ਦੇ ਉੱਤੇ ਜਾਣਾ ਵਾ, ਹੋਰ ਬਹੁਤ ਸਾਰੇ ਅਲਟਰਨੇਟ ਜਿਹੜੀਆਂ ਏਅਰਲਾਈਨਸ ਹਨ ਜੀ, ਉਹ ਅਸੀਂ ਕੁੱਲ ਪਲੱਜ ਜਿਹੜੀਆਂ ਸੇਵਾਵਾਂ ਦੇ ਰਹੇ ਹਾਂ ਸਿੰਘ ਟਰੈਵਲ ਤੋਂ। ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਕੁਛ ਖਬਰੀ ਵੀ ਜਿਹੜੀ ਅਫੀਸ਼ੀਅਲ ਤੌਰ ਦੇ ਉੱਤੇ ਜਿਹੜੀ ਗ੍ਰੈਂਡ ਓਪਨਿੰਗ ਹੈ ਜੀ, ਉਹ ਅਸੀਂ ਕਰਨ ਜਾ ਰਹੇ ਹਾਂ। ਉੱਥੇ ਜਿੰਨੇ ਵੀ ਕਮਿਊਨਿਟੀ ਦੇ ਪਤਵੰਤ ਸੱਜਣ ਹੈਗੇ ਆ ਜਾਂ ਸਾਡੇ ਭੈਣ ਭਰਾ ਵਾ ਜਿਹੜਾ ਸਾਡੇ ਨਾਲ ਪਿਛਲੇ 8 ਸਾਲਾਂ ਤੋਂ ਸਾਨੂੰ ਸਾਥ ਦੇ ਰਹੇ ਆ, ਪਾਕਿਸਤਾਨ ਗੁਰਧਾਮ ਯਾਤਰਾ ਦੇ ਉੱਤੇ ਨਨਕਾਣਾ ਸਾਹਿਬ ਔਰ ਹੋਰ ਗੁਰਦੁਆਰੇ ਧਾਮਾਂ ਦੀ ਚਰਚਾ ਆਪਾਂ ਕਰਾਉਂਦੇ ਹਾਂ, ਉਹਨਾਂ ਨੂੰ ਵੀ ਅਸੀਂ ਖੁੱਲ੍ਹਾ ਸੱਦਾ ਦੇਵਾਂਗੇ। ਔਰ ਓਪਨਲੀ ਸੰਗਤਾਂ ਨੂੰ ਜਿਹੜੇ ਸਾਡੇ ਵੈਲ ਵਿਸ਼ਰ ਹੈਗੇ ਆ, ਸਾਡੇ ਚਾਹਵਾਨ ਹੈਗੇ ਆ, ਸਾਨੂੰ ਚਾਹੁਣ ਵਾਲੇ ਸਾਡੇ ਭੈਣ ਭਰਾ ਹੈਗੇ ਆ ਬਜ਼ੁਰਗ, ਉਹਨਾਂ ਨੂੰ ਵੀ ਅਸੀਂ ਓਪਨ ਜਿਹੜਾ ਹੈਗਾ ਮੀਡੀਆ ਦੇ ਵਿੱਚ ਸੱਦਾ ਦੇਵਾਂਗੇ ਓਪਨਿੰਗ ਦੇ ਉੱਤੇ, ਤਾਂ ਕਿ ਉਹ ਵੀ ਆ ਕੇ ਆਪਣਾ ਆਸ਼ੀਰਵਾਦ ਸਾਨੂੰ ਦੇਣ। ਠੀਕ ਹੈ, ਕਾਫੀ ਤੁਸੀਂ ਜਿਹੜੇ ਰੀਰੂਟਿੰਗ ਸੁਜੈਸਟ ਕੀਤੀ ਆ ਉਹ ਜ਼ਿਆਦਾ ਵੈਸੇ ਅਰਬ ਕੰਟਰੀਜ਼ ਦੇ ਵਿੱਚੋਂ ਦੀ ਦੱਸਿਆ, ਪਰ ਯੂਰੋਪੀਅਨ ਕੰਟਰੀਜ਼ ਦੇ ਵਿੱਚੋਂ ਵੀ ਕੋਈ ਹੋ ਸਕਦਾ ਟ੍ਰਾਂਜ਼ਿਟ? ਹਾਂਜੀ, ਸਾਰੀਆਂ ਹੋ ਸਕਦੀਆਂ ਜੀ, ਜਿਸ ਤਰ੍ਹਾਂ ਆਪਾਂ ਜਿਹੜੀ ਜੈੱਟ ਹੈਗੀ ਆ ਉਹ ਯੂਰਪ ਦੇ ਵਿੱਚੋਂ ਜਾਂਦੀ ਆ, ਤੁਸੀਂ ਬ੍ਰਿਟਿਸ਼ ਦੇ ਨਾਲ ਕਰ ਸਕਦੇ ਹੋ, ਤੁਸੀਂ ਹੋਰ ਕਿਉਂਕਿ ਟਿਕਟ ਨਵੀਂ ਇਸ਼ੂ ਹੋਣੀ ਆ। ਹਾਂਜੀ, ਕਿਉਂਕਿ ਉਹਨਾਂ ਨੇ ਤੁਹਾਡਾ ਫੁੱਲ ਰਿਫੰਡ ਕਰ ਦੇਣਾ ਵਾ, ਔਰ ਨਵੀਂ ਟਿਕਟ ਇਸ਼ੂ ਹੋਣੀ ਆ, ਜਿਹੜੀ ਵੀ ਜਿਸ ਤਰ੍ਹਾਂ ਦੀ ਵੀ ਸਹੂਲਤ ਜਿਹੜੀ ਆ। ਕਈ ਬਹੁਤ ਸਾਰੇ ਸਾਡੇ ਭੈਣ ਭਰਾ ਆਉਂਦੇ ਸਾਡੇ ਕੋਲ ਕਿ ਉਹ ਜਿਹਨਾਂ ਨੇ ਟਿਕਟ ਬੁੱਕਸ ਕਰਾਈਆਂ ਸੀ, ਉਹ ਕਹਿੰਦੇ ਜੀ ਹੁਣ ਸਾਡਾ ਮੂਡ ਬਣ ਗਿਆ, ਅਸੀਂ ਇੰਗਲੈਂਡ ਦੇ ਵਿੱਚ ਹਫ਼ਤਾ ਰੁੱਕ ਕੇ ਜਾਣਾ ਵਾ ਜਾਂ ਯੂਰਪ ਦੇ ਵਿੱਚ ਜਰਮਨ ਦੇ ਵਿੱਚ ਰੁਕਣਾ, ਜਾਂ ਉਸ ਹਿਸਾਬ ਦੇ ਨਾਲ ਜਿਸ ਤਰ੍ਹਾਂ ਵੀ ਸਾਡੇ ਭੈਣ ਭਰਾ ਜਿਹੜੇ ਸਾਡੇ ਕਲਾਇੰਟ ਹੈਗੇ ਉਹ ਕਹਿਣਗੇ, ਉਸੇ ਤਰ੍ਹਾਂ ਹੀ ਉਹਨਾਂ ਨੂੰ ਉਹ ਜਿਹੜਾ ਹੈਗਾ ਵਾ ਯੂਰਪ ਦਾ ਜਾਂ ਅਰਬ ਕੰਟਰੀ ਦਾ ਜਾਂ ਜਿੱਥੋਂ ਦਾ ਵੀ ਉਹ ਰੂਟ ਕਹਿਣਗੇ, ਅਸੀਂ ਉਸ ਹਿਸਾਬ ਨਾਲ ਉਹਨਾਂ ਨੂੰ ਅਕੋਮੋਡੇਟ ਕਰਾਂਗੇ, ਔਰ ਉਸ ਜਿਹੜੀ ਟਿਕਟ ਹੈਗੀ ਆ ਵਧੀਆ ਪ੍ਰਾਈਸ ਦੇ ਉੱਤੇ, ਔਰ ਸਾਰੇ ਪਤਾ ਕਰਕੇ ਆ ਜਾਣ, ਸਾਨੂੰ ਏਅਰਲਾਈਨ ਦਾ ਨਾਂ ਦੱਸਣ ਜਿਹਨਾਂ ਨੇ ਨਵਾਂ ਵੀ ਆਉਣਾ ਵਾ, ਔਰ ਸਾਡੇ ਕੋਲ ਦੱਸਾਂਗੇ ਫਲਾਨੀ ਏਅਰ ਦਾ ਫਲਾਨਾ ਫੇਅਰ ਮਿਲ ਰਿਹਾ, ਅਸੀਂ ਉਹਨੂੰ ਬੀਟ ਕਰਾਂਗੇ ਪ੍ਰਾਈਸ ਨੂੰ ਨਾਲ ਜੀ ਵਧੀਆ, ਔਰ ਪਲੱਸ ਜਿਹੜੀਆਂ ਹੈਗੀਆਂ ਸਾਡੀਆਂ ਸਰਵਿਸ, ਕਿਉਂਕਿ ਪਿਛਲੇ 8 ਸਾਲਾਂ ਤੋਂ ਕਮਿਊਨਿਟੀ ਦੇ ਵਿੱਚ ਇੱਕ ਨਾਂ ਹੈ ਯਾਤਰਾ ਦੇ ਲਈ ਜੀ, ਉਹ ਜੋ ਅਸੀਂ ਕਹਿੰਦੇ ਹਾਂ ਉਹ ਕਰਦੇ ਹਾਂ। ਸੋ ਇਸੇ ਤਰ੍ਹਾਂ ਹੀ ਜਿਹੜਾ ਸਾਡੇ ਬਹੁਤ ਸਾਰੇ ਸੰਗਤਾਂ ਨੇ ਭੈਣਾਂ ਭਰਾਵਾਂ ਨੇ ਕਿਹਾ ਸੀ ਕਿ ਜਦੋਂ ਉਹ ਯਾਤਰਾ 'ਤੇ ਜਾਂਦੇ ਆ ਤਾਂ ਟਿਕਟਾਂ ਉਹਨਾਂ ਨੂੰ ਹੋਰ ਬਾਹਰੋਂ ਲੈਣੀਆਂ ਪੈਂਦੀਆਂ ਸੀ, ਕਹਿੰਦੇ ਸੀ ਤੁਸੀਂ ਖੁਦ ਕਿਉਂ ਨਹੀਂ ਕਰਦੇ, ਕਿ ਔਰ ਨਾਲ ਦੀ ਨਾਲ ਦੁਨੀਆ ਭਰ ਦੇ ਵਿੱਚ ਜਾਣ ਦੇ ਲਈ ਟੂਰ ਜਿਹੜੇ ਹੈਗੇ ਜੀ ਉਹ ਵੀ ਸਾਡੇ ਕੋਲ, ਕਰੂਜ਼ ਆ ਜੇ ਕਿਸੇ ਨੇ ਹਵਾਈ ਜਾਣਾ ਜਾਂ ਕਿਊਬਾ ਜਾਣਾ ਜਾਂ ਜਮੈਕਾ ਜਾਣਾ ਕਿਤੇ ਵੀ,
ਕਰੂਜ਼ ਵੀ ਲੈ ਸਕਦੇ ਆ, ਟੂਰ ਵੀ ਲੈ ਸਕਦੇ ਆ, ਔਰ ਨਾਲ ਦੀ ਨਾਲ ਹਵਾਈ ਟਿਕਟਾਂ ਜਿਹੜੀਆਂ ਹੈਗੀਆਂ ਇਹ ਤੁਸੀਂ ਪਾਕਿਸਤਾਨ ਦੇ ਔਰ ਦੁਬਈ ਦਾ ਟੂਰ ਹੈ ਕਿ ਜੋਹਲ ਸਾਹਿਬ ਅਸੀਂ ਫਸਟ ਟਾਈਮ ਸ਼ੁਰੂ ਕੀਤਾ, ਸਾਨੂੰ ਲੱਗਦਾ ਨਹੀਂ ਸੀਗਾ ਇੰਨਾ ਸਾਡੇ ਭੈਣ ਭਰਾ ਸਹਿਯੋਗ ਦੇਣਗੇ। ਸੋ 100 ਤੋਂ ਵੱਧ ਜਿਹੜੇ ਸਾਡੇ ਜੀਓ ਇਸ ਵੇਲੇ ਬੁਕਿੰਗ ਹੋ ਚੁੱਕੀ ਆ ਜਿਹਨਾਂ ਨੇ ਦੁਬਈ ਦੀ ਯਾਤਰਾ ਦੇ ਉੱਤੇ ਜਾਣਾ ਵਾ। ਸੋ ਇਸ ਕਰਕੇ ਮੈਂ ਉਹਨਾਂ ਭੈਣਾਂ ਭਰਾਵਾਂ ਵਧਾਈ ਵੀ ਦਿੰਦਾ ਜਿਹਨਾਂ ਨੇ ਸਾਡੇ 'ਤੇ ਯਕੀਨ ਕੀਤਾ ਕਿ ਉਹ ਦੁਬਈ ਦੇ ਨਾਲ ਇਸ ਵੇਲੇ ਜਿਹੜਾ ਹੈਗਾ 4 ਦਿਨ ਦਾ ਅਸੀਂ ਦੁਬਈ ਦਾ ਟੂਰ ਵੀ ਔਰਗਨਾਈਜ਼ ਕੀਤਾ। ਠੀਕ ਹੈ ਜੀ, ਤੁਸੀਂ ਇੱਕ ਥੋੜ੍ਹਾ ਜਿਹਾ ਇੰਡੀਕੇਟ ਕੀਤਾ ਸੀਗਾ ਵੀ ਕੈਸ਼ ਟਿਕਟ ਨਹੀਂ ਲਈ ਜਾਣੀ ਚਾਹੀਦੀ, ਪਰ ਜਿਨ੍ਹਾਂ ਨੇ ਇਹ ਕੈਸ਼ ਹੁਣ ਲਈ ਹੋਈ ਸੀ ਉਹਨਾਂ ਦੇ ਰਿਫੰਡ ਦਾ ਪ੍ਰੋਸੀਜਰ ਤੁਹਾਡੇ? ਹਾਂਜੀ, ਉਹ ਮੋਸਟਲੀ ਏਅਰਲਾਈਨ ਜਿਹੜੀ ਵੀ ਟਿਕਟ ਜਿਹੜੀ ਏਅਰਲਾਈਨ ਤੋਂ ਜੇ ਸਾਡੇ ਕੋਲ ਲਈ ਹੈ ਤਾਂ ਅਸੀਂ ਉਹਨਾਂ ਨੂੰ ਰਿਫੰਡ ਕਰ ਦਾਂਗੇ ਜੀ, ਉਹ ਕੈਸ਼ ਉਹਨਾਂ ਦਾ। ਹਾਂਜੀ, ਔਰ ਜਿਹੜੇ ਵੀ ਉਹ ਟਰੈਵਲ ਏਜੰਟ ਤੋਂ ਟਿਕਟ ਲਈ ਆ ਉਹ ਉਹਨਾਂ ਨੂੰ ਉਹਨਾਂ ਦਾ ਉੱਥੋਂ ਜਾ ਕੇ ਉਹ ਲੈ ਸਕਦੇ ਆ। ਠੀਕ ਹੈ ਜੀ, ਉਹ ਜਿੰਨਾ ਵੀ ਉਹਨਾਂ ਦੇ ਕੈਸ਼ ਉਹਨਾਂ ਦੇ ਰਿਫੰਡ ਆ ਜਾਣਾ ਅਕਾਊਂਟ ਦੇ ਵਿੱਚ ਏਅਰਲਾਈਨ ਦਾ ਸਿੱਧਾ ਹੀ। ਸੋ ਉਹ ਉਹਨਾਂ ਦੇ ਨਾਲ ਜਿੰਨਾ ਵੀ ਉਹਨਾਂ ਦਾ ਬੈਲੈਂਸ ਦੂਸਰੀ ਏਅਰਲਾਈਨ ਦੇ ਨਾਲ ਜਦੋਂ ਆਪਾਂ ਕਨੈਕਟ ਕਰਾਂਗੇ ਏਅਰ ਕੈਨੇਡਾ ਜਾਂ ਜੈੱਟ ਜਾਂ ਹੋਰ ਕਿਸੇ ਏਅਰਲਾਈਨ ਦੀ ਆਪਾਂ ਟਿਕਟ ਲਵਾਂਗੇ ਤਾਂ ਉਹ ਉਸ ਦੇ ਵਿੱਚ ਉਹਨਾਂ ਨੂੰ ਐਡਜਸਟਮੈਂਟ ਕਰ ਸਕਦੇ। ਚਲੋ ਜੀ, ਸਿੰਘ ਟਰੈਵਲਸ ਮਾਲਟਨ ਤੋਂ ਹਨ ਭਾਈ ਜਸਵੀਰ ਸਿੰਘ ਜੀ ਬੋਪਾ ਰਹੇ, ਜਿਹਨਾਂ ਦਾ ਫੋਨ ਨੰਬਰ ਅਸੀਂ ਸਰੋਤਿਆਂ ਨੂੰ ਦਈਏ, ਦਰਸ਼ਕਾਂ ਨੇ ਸਕਰੀਨ 'ਤੇ ਲਿਖਿਆ ਦੇਖ ਲਿਆ ਹੋਵੇਗਾ, 647-231-1600 ਇਹਨਾਂ ਦਾ ਫੋਨ ਨੰਬਰ, ਬੜਾ ਸਿੰਪਲ ਹੈ। ਜੋਹਲ ਸਾਹਿਬ ਜਿਹੜਾ ਆਫਿਸ ਦਾ ਨੰਬਰ ਸਾਡਾ ਜੀ ਉਹ ਵੀ ਬਹੁਤ ਸੌਖਾ ਵਾ, ਇਹਦੇ ਨਾਲ ਰਲਦਾ ਮਿਲਦਾ ਹੀ ਆ, 405-905-1600 ਹਾਂਜੀ 405-1600 ਔਰ ਮੇਰਾ ਜੇ ਡਾਇਰੈਕਟ ਲਾਈਨ ਹੈਗੀ ਆ 647-231-1600 ਇਹ 1600 ਦੇ ਨੰਬਰ ਨਾਲ ਤੁਹਾਡਾ ਕੋਈ ਖਾਸ ਲਗਾਓ ਹੈ ਜੀ? ਬਹੁਤ ਲੰਮੇ ਸਮੇਂ ਤੋਂ ਜੀ, ਜਿਉਂ ਕੈਨੇਡਾ ਤੋਂ ਆਇਆ 1600 ਨੰਬਰ ਮੇਰੇ ਕੋਲ ਰਿਹਾ ਵਾ। ਠੀਕ ਹੈ ਜੀ, ਔਰ ਬਹੁਤ ਬਰਕਤ ਵਾਲਾ ਇਹ ਨਹੀਂ ਹੈ, ਚਲੋ ਸਾਰੇ ਨੰਬਰ ਵਧੀਆ ਵਾ। ਠੀਕ ਹੈ ਜੀ, ਲਓ ਜੀ 905-405-1600 ਬਹੁਤ ਬਹੁਤ ਧੰਨਵਾਦ ਭਾਈ ਸਾਹਿਬ, ਬਹੁਤ ਬਹੁਤ ਧੰਨਵਾਦ ਤੁਹਾਡਾ ਜੀ, ਔਰ ਜਿੰਨੇ ਵੀ ਸਰੋਤੇ ਸਾਨੂੰ ਸੁਣ ਰਹੇ, ਭੈਣ ਭਰਾ ਦੇਖ ਰਹੇ, ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਲਓ ਜੀ, ਭਾਈ ਜਸਵੀਰ ਸਿੰਘ ਜੀ ਬੋਪਾ ਰਹੇ ਪੇਸ਼ ਹੋ ਰਹੇ ਸੀ ਪ੍ਰੋਗਰਾਮ ਦੇ ਵਿੱਚ, ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਜੇ ਸਾਊਦੀ ਅਰਬ ਦੀ ਟਿਕਟ ਲਈ ਸੀ, ਸਾਊਦੀ ਅਰਬ ਏਅਰਲਾਈਨ ਦੀ ਟਿਕਟ ਲਈ ਸੀ ਵਾਇਆ ਸਾਊਦੀ ਅਰਬ ਕਿਤੇ ਹੋਰ ਵੀ ਜਾਣਾ ਸੀ, ਅਤੇ ਫਿਰ ਉਹ ਹੁਣ ਰਿਫੰਡ ਕਰਵਾਉਣੀ ਪਏਗੀ, ਨਵੀਂ ਟਿਕਟ ਲੈਣੀ ਪਏਗੀ, ਅਤੇ ਨਵੀਂ ਟਿਕਟ ਲੈਣ ਦਾ ਪ੍ਰੋਸੀਜਰ ਆਪਣੇ ਏਜੰਟ ਦੇ ਰਾਹੀਂ ਜਿੱਥੋਂ ਬੁੱਕ ਕਰਵਾਈ ਸੀ ਉੱਥੋਂ ਹੀ ਪਤਾ ਲੱਗ ਸਕਦਾ। ਅਤੇ ਜੇ ਔਨਲਾਈਨ ਸਿੱਧੀ ਆਪ ਵੀ ਬੁੱਕ ਕਰਵਾਈ ਸੀ ਤਦ ਵੀ ਉਹਦੇ ਰਿਫੰਡ ਦਾ ਇੱਕ ਪ੍ਰੋਸੀਜਰ ਹੈ, ਕਿਉਂਕਿ ਜੇ ਔਨਲਾਈਨ ਬੁੱਕ ਕਰਵਾਈ ਸੀ ਤਾਂ ਫਿਰ ਸਿੰਪਲ ਹੈ ਕਿ ਤੁਸੀਂ ਕ੍ਰੈਡਿਟ ਕਾਰਡ ਦੇ ਰਾਹੀਂ ਹੀ ਪੇਮੈਂਟ ਦਿੱਤੀ ਹੋਵੇਗੀ, ਕ੍ਰੈਡਿਟ ਕਾਰਡ ਦੇ ਰਾਹੀਂ ਪੇਮੈਂਟ ਦਿੱਤੀ ਹੋਈ ਜਿਹੜੀ ਆ ਉਹ ਕਹਿੰਦੇ ਨੇ ਕਿ ਲੀਗਲ ਐਵੀਡੈਂਸ ਆ ਤੁਹਾਡੇ ਕੋਲ ਕਿ ਤੁਸੀਂ ਟਿਕਟ ਜਿਹੜੀ ਲਈ ਹੈ ਜਿਸ 'ਤੇ ਰਿਫੰਡ ਦਾ ਤੁਹਾਡਾ ਰਾਈਟ ਬਣਦਾ। ਰਾਤੀ ਸਾਡੇ ਕੋਲ ਪੀਲ ਪੁਲਿਸ ਤੋਂ ਆਫਿਸਰ ਆਏ ਸੀ ਹਰਿੰਦਰ ਸੋਹੀ, ਉਹਨਾਂ ਨੇ ਕਾਫੀ ਸਾਰੀਆਂ ਸਮੱਸਿਆਵਾਂ ਦਾ ਜ਼ਿਕਰ ਕੀਤਾ ਪ੍ਰੋਗਰਾਮ ਦੇ ਵਿੱਚ, ਡਿਸਕਸ਼ਨ ਹੋਈ, ਬ੍ਰਿਗੇਡੀਅਰ ਨਵਾਬ ਸਿੰਘ ਜੀ ਹੀਰ ਪ੍ਰੋਗਰਾਮ ਦੇ ਵਿੱਚ ਸਨ, ਸਰਦਾਰ ਰਵਿੰਦਰ ਸਿੰਘ ਪੰਨੂ ਹੁਣਾਂ ਨੇ ਵੀ ਕਾਫੀ ਸਵਾਲ ਜੋ ਹਨ ਹਰਿੰਦਰ ਸੋਹੀ ਹੁਣਾਂ ਦੇ ਨਾਲ ਕੁਝ ਵਿਸ਼ਿਆਂ 'ਤੇ ਡਿਸਕਸ ਜਿਹੜੇ ਕੀਤੇ ਸੀਗੇ, ਉਸ ਦੇ ਵਿੱਚੋਂ ਫਿਰ ਜਿਹੜੀ ਖਾਸ ਗੱਲ ਉਹਨਾਂ ਨੇ ਇਹ ਦੱਸੀ ਸੀ ਕਿ ਜਦੋਂ ਅਸੀਂ ਇਹ ਇਸ਼ੂ ਛੂਹਿਆ ਸੀ ਉਹਨਾਂ ਦੇ ਨਾਲ ਗੱਲ ਕੀਤੀ ਸੀ ਵੀ ਜਿਹੜੇ ਟੀਨੇਜਰਸ ਹਨ 14 ਸਾਲ 15 ਸਾਲ 17 ਸਾਲ 18 ਸਾਲ ਹੈ ਜੀ 20 ਸਾਲ ਤੋਂ ਥੱਲੇ ਥੱਲੇ ਮੁੰਡੇ ਕੁੜੀਆਂ ਦੇ ਵਿੱਚ ਇਹ ਜਿਹੜਾ ਕ੍ਰਾਈਮ ਕਰਨ ਦਾ ਬੜਾ ਝੁਕਾਅ ਵੱਧ ਗਿਆ, ਚੋਰੀਆਂ ਕਰ ਲਈਆਂ, ਲੁੱਟ ਖੋਹ ਦੀਆਂ ਵਾਰਦਾਤਾਂ ਕਰ ਲਈਆਂ, ਸਟੈਬਿੰਗ ਕਰ ਦਿੱਤੀ, ਚਾਕੂ ਨਾਲ ਹਾਂਜੀ ਵਾਰਦਾਤਾਂ ਕੀਤੀਆਂ, ਸ਼ੂਟਿੰਗ ਦੇ ਵਿੱਚ ਸ਼ਾਮਿਲ ਹੋ ਗਏ, ਗੋਲੀਆਂ ਚਲਾਉਣ ਦੀਆਂ ਘਟਨਾਵਾਂ ਵਾਪਰ ਗਈਆਂ। ਇੰਨੀ ਕਿ ਦੀ ਉਮਰ ਦੇ ਇਹ ਮੁੰਡੇ 15-15 ਸਾਲ ਦੇ ਜਿਹੜੇ ਕਈ ਕਤਲਾਂ ਦੇ ਕੇਸਾਂ ਦੇ ਵਿੱਚ ਅੰਦਰ ਗਏ ਹੋਏ ਨੇ, ਬ੍ਰੈਂਪਟਨ ਅਤੇ ਮਿਸਿਸਾਗਾ ਦੇ ਵਿੱਚ ਵੀ। ਇਸ ਦੇ ਬਾਰੇ 'ਚੋਂ ਕਹਿੰਦੇ ਸੀਗੇ ਵੀ ਪੇਰੈਂਟਸ ਦਾ ਧਿਆਨ ਬਹੁਤ ਘੱਟ ਹੈ, ਅਤੇ ਜਿਹੜੇ ਪੇਰੈਂਟਸ ਦਾ ਧਿਆਨ ਬਹੁਤ ਘੱਟ ਹੈ ਆਪਣੀ ਔਲਾਦ ਦੇ ਵੱਲ, ਮਗਰੋਂ ਤਾਂ ਭਾਵੇਂ ਭੱਜ ਉੱਠਦੇ ਨੇ ਚੈੱਕ ਲਿਖ ਕੇ ਜੀ ਭਈ ਹੁਣ ਵਕੀਲ ਕਰਾਓ, ਜ਼ਮਾਨਤ ਕਰਾਓ, ਬਾਹਰ ਕਢਾ ਕੇ ਲਿਆਓ, ਹੈਂਜੀ ਫਿਰ ਤਾਂ ਸਾਰੇ ਪੂਰੇ ਤਾਂ ਪੂਰਾ ਪਰਿਵਾਰ ਹੀ ਨਹੀਂ, ਪੂਰਾ ਕੁਨਬਾ ਹੀ ਉੱਠ ਕੇ ਰਿਸ਼ਤੇਦਾਰਾਂ ਦਾ ਵੀ ਨਾਲ ਉੱਥੇ ਜਾ ਕੇ ਕੋਰਟ ਭਰ ਦਿੰਦੇ ਨੇ ਗਹਿ ਕੱਚ ਮਾਰ ਕਿਤੇ। ਪਰ ਉਹ ਕਹਿੰਦੇ ਨੇ ਵੀ ਜਦੋਂ ਧਿਆਨ ਹੋਣਾ ਚਾਹੀਦਾ ਬੱਚਿਆਂ ਦੇ ਵੱਲ ਵੀ ਇਹ ਹਾਲਾਤ ਨਾ ਬਣਨ, ਉਦੋਂ ਨਹੀਂ ਧਿਆਨ ਦਿੱਤਾ ਜਾ ਰਿਹਾ, ਭਾਵੇਂ ਕਿ ਮਜਬੂਰੀਆਂ ਹਨ ਆਪੋ ਆਪਣੀਆਂ ਕਿ ਕੰਮਾਂ 'ਤੇ ਜਿਹੜੇ ਹਨ ਉਹ ਘਰਾਂ ਦੇ ਖਰਚੇ ਵੀ ਪੂਰੇ ਕਰ ਰਹੇ ਨੇ। ਪਰ ਉਹਨਾਂ ਨੇ ਕਿਹਾ ਪੁਲਿਸ ਦੇ ਵਿੱਚੋਂ ਹਾਂਜੀ ਕਿ ਭਈ ਇਹਨਾਂ ਘਟਨਾਵਾਂ ਦੇ ਪਿੱਛੇ ਜਿਹੜੇ ਕਾਰਨ ਇਹ ਨੇ ਕਿ ਪੇਰੈਂਟਸ ਨੇ ਜਿਹੜੇ ਉਹ ਕਾਫੀ ਅਵੇਸਲੇ ਨੇ, ਉਹ ਆਪਣੇ ਬੱਚਿਆਂ ਦਾ ਪੂਰਾ ਖਿਆਲ ਨਹੀਂ ਰੱਖ ਰਹੇ, ਨਿੱਕੇ ਨਿੱਕੇ ਬੱਚਿਆਂ ਨੂੰ ਚਾਬੀਆਂ ਦਿੱਤੀਆਂ ਹੋਈਆਂ ਨੇ ਘਰ ਦੀਆਂ, ਹੈਂਜੀ ਅੱਧੀ ਰਾਤ ਤੋਂ ਬਾਅਦ 2 ਵਜੇ 3 ਵਜੇ 4 ਵਜੇ ਉਹ ਚਾਬੀ ਲਗਾ ਕੇ ਆਰਾਮ ਨਾਲ ਕੇ ਕਮਰੇ ਦੇ ਵਿੱਚ ਸੌਂ ਜਾਂਦੇ ਹਨ ਜਾਂ ਸੌਂ ਜਾਂਦੀਆਂ ਨੇ, ਅਤੇ ਪੇਰੈਂਟਸ ਨੂੰ ਪਤਾ ਹੀ ਨਹੀਂ ਹੁੰਦਾ ਕਿ ਬੱਚਾ ਕਿੱਥੇ ਹੈ ਜਾਂ ਕਿੱਥੇ ਨਹੀਂ। ਇਹਦੇ ਬਾਵਜੂਦ ਫਿਰ ਬਹੁਤਿਆਂ ਦਾ ਜ਼ੋਰ ਇਹ ਲੱਗਾ ਹੁੰਦਾ ਬਾਅਦ ਦੇ ਵਿੱਚ ਵੀ ਸਾਡਾ ਬੱਚਾ ਤਾਂ ਨਹੀਂ ਮਾੜਾ, ਉਹਨੇ ਤਾਂ ਨਹੀਂ ਕਦੀ ਕੁਛ ਕੀਤਾ, ਨਾ 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 ਉੱਦਾਂ ਝੂਠਾ ਹੀ ਫਸਾਤਾ ਜੀ, ਝੂਠੇ ਇਲਜ਼ਾਮ ਹੀ ਲਾਤੇ ਜੀ ਵਗੈਰਾ ਵਗੈਰਾ। ਸੋ ਥੋੜ੍ਹਾ ਜਿਹਾ ਇਹ ਦੇਖਣ ਦੀ ਲੋੜ ਆ ਇਹ, ਕਿਉਂਕਿ ਜੀ ਵੀ ਪੁਲਿਸ ਦੇ ਵਿੱਚ ਕਾਫੀ ਕੁਝ ਉਹਨਾਂ ਨੂੰ ਪਤਾ ਹੁੰਦਾ ਵੀ ਜ਼ਿੰਦਗੀ ਦੇ ਵਿੱਚ ਕੀ ਕੁਝ ਵਾਪਰ ਰਿਹਾ, ਸਮਾਜ ਦੇ ਵਿੱਚ ਕੀ ਕੁਝ ਹੋ ਰਿਹਾ। ਥੋੜ੍ਹਾ ਜਿਹਾ ਕਹਿੰਦੇ ਨੇ ਵੀ ਜਿਹੜੇ ਪੇਰੈਂਟਸ ਨੇ ਉਹ ਬੱਚਿਆਂ ਵੱਲ ਜ਼ਿਆਦਾ ਤਵੱਜੋ ਦੇਣ ਅਤੇ ਉਹਨਾਂ ਨੂੰ ਸੇਧ ਮਿਲ ਸਕਦੀ ਹੈ
ये 14 साल 15 साल 17 साल उम्र क्राइम करन दी थोड़ो क्राइम करन दी तो वैसे उम्र कोई भी नहीं है आप कहने 84 लाख जूनां तो बाद जिंदगी मिली है क्राइम करने वास्ते नहीं मिली है ना तो लेकिन 14-15 साल 16 साल ये तो स्कूल जाण दी है कुछ सीखण दी है चंगा जिंदगी दियाँ नीहां पक्कियां करन दी है उदों ही जे जिंदगी दी इमारत डेग ली तो फिर गल कदों बढ़ेगी तुहाडी सेवा विच दसदी है कि मौसम गर्मी दे विच गर्मी पै रही है इस वेले पूरे जोबन ते है गर्म रुत दा मौसम अज भी काफ़ी गर्म दिनों दे विचों एक दिन है लेकिन कि बड़ा खूबसूरत है कनेडा दी धरती दे उत्ते क्योंकि भी सारे मौसम गर्मियों दे विच गर्मी पै सकती है तो सर्दियों दे विच सर्दी ही पै सकती है किसी मौसम की शिकायत करन दी बजाय असीं उस तों उसकी मार तो अपना बचा कर सकते हैं तो उसका आनंद जरूर माण सकते हैं सो 13 अगस्त अज का दिन काफ़ी गर्म रहा अगले कुछ दिन गर्म ही रहने की संभावना है क्योंकि अगस्त सितंबर यह मन्ने गए हैं गर्मी के वास्ते खास तौर पर तो बच्चों दी छुट्टियां 3 हफ्ते बाकी ने स्कूल शुरू होने दे विच 4 सितंबर नूं जो स्कूल ने दोबारा खुल जाएंगे तो जिहड़ा करिकुलम पढ़ाया जाना उस दे बारे बहुता वाह वेला कहिंदे ने कि खड़ा करन दी लोड़ नहीं क्योंकि यह करिकुलम ही नहीं गा जिहड़ा बच्चों ने जाके उत्थे पढ़ना वो तो कुछ एक लैसनज़ हैगे आ जिहड़े कि ना भी मिले तो जिंदगी चल सकती आ उस तो बिना मैथमैटिक्स हैगा उस तो बिना तुहाडे कोल इंग्लिश है तुहाडे कोल ग्रैमर है तुहाडे कोल साइंस है किन्ना कुछ होर आ वो सब कुछ नूं एक पासे रख के तो सानू करिकुलम जिहड़ा कि कैंसल किया गया वो ते बहुता जिहड़े एजुकेशन दे माहर ने भी उहदा फिक्र बहुता हाल दी घड़ी करन दी लोड़ नहीं क्योंकि जे गवर्नमेंट ने कैंसल किया तो गवर्नमेंट कुछ लैके भी आएगी तो बाकी सब कुछ भुल के असीं इस कल्ले करिकुलम दा फिक्र ही ना करिए क्योंकि स्टडी दे विच बच्चों दे कोल स्कूल दे विच पढ़न दे लई होर काफ़ी विषय ने जिहड़े कि पहलां वांग मौजूद रहणगे तो दूसरा यह जी भी भंग की गल आपां करदे हां बड़े लंबे समय तो ओंटारियो दे विच भंग दे बारे च अज काफ़ी हैडलाइनस चल रही ने 17 अक्तूबर को कनेडा भर के कहिंदे ने कि लीगल होण जा रही है लेकिन कि यह प्रोविंसेस ने अपने आप डिसाइड करना भी किस तरीके की पॉलिसी वह इस सैल करन दे लई अडोप्ट करना चाहते हैं सो पहली गवर्नमेंट ने कहा सीगा भी जिहड़े शराब वाले स्टोर ने LCBO उत्थे भंग सैल करन दी व्यवस्था की जाएगी लेकिन कि अज नवी बनी सरकार डगफोर्ड साहब की तो विक फडेली जिहड़े कि फाइनैंस मिनिस्टर ने उन्होंने कहा अच्छ भी नहीं इदा नहीं असी करांगे असी बकायदा तौर पर एक लाइसेंसिंग रिजीम लैके आवांगे तो जिन्होंने प्राइवेटली अपने स्टोरस के भंग सैल करनी है उन्होंने लाइसेंस दिते जाएंगे टर्म्स एंड कंडीशनस बड़िया स्ट्रिक्ट होणगियां तो यह भी कहा गया जी भी जे किसी ने अजिहा लाइसेंस लेना है तो हुण तो ही ब्लैक मार्केट के कुछ कर रहे हैं इलीगल भंग वेच रहे हैं तो उन्होंने स्टॉप कर देना चाहिए क्योंकि इस तरह के ब्लैकियां उन्होंने कहा जी भी असी लाइसेंस देंगे नहीं तो जे एक भी केस बाद दे विच सामने आ गया भी किसी अंडर एज बच्चे नूं वेची गई आ भंग तो लाइसेंस कैंसल होगा तो मुड़ के मिलेगा नहीं सो जिन्हां लोगों ने इन्वेस्टमेंट करनी है ना इहदे विच भंग दे विच वड्डा कोई स्टोर खोलना है तो जो गलती करनगे लाइसेंस कैंसल हो गया तो सारी इन्वेस्टमेंट उत्थे ही वड्डे नुकसान होणगे जिस करके सावधान रहने की लोड़ है कई इमीग्रेशन कंसलटेंट जदों सावधान नहीं हुंदे तो काफ़ी उन्होंने भी लाइसेंस कैंसल होंगे ने बहुत सारिया रिपोर्ट्स उन्होंने कंप्लेंट्स जो होंगे ने जो वो अणगैली वरतते हैं ब्रिटिश कोलंबिया के इतने ओंटारियो के भी जिन्होंने ये $20,000 $30,000 रखा होया कि जी विजिटर आ गए हो भावें तुसी किसी भी वीज़ा ते आए हो वर्क परमिट तुहानू दवा देंगे उस तो बाद फिर जी हौली हौली करके असी PR दवा देंगे वगैरह वगैरह $20,000 लगेगा $30,000 लगेगा पैसे तुहानू देण दी लोड़ नहीं असीं तुहानू काम ते लवा देंगे काम तो कमाई जाइयो सानू देई जाइयो असीं तुहाडा वर्क परमिट जिहड़ा उह पहलां बना देंगे उस तो बाद बाकी अगला सिलसिला चलता रहेगा वो एक लंबे सालों की 5-5, 6-6 सालों की कमिटमेंट है जिहदे विच अक्सर बहुत सारिया ये कमिटमेंट्स जिहड़ियां सिरे नहीं चढ़दियां तकनीकी रुकावटां करके हाँ जी कभी फिर वर्क परमिट रीन्यू नहीं होया जी जे एक बार मिल भी गया तो जे वो रीन्यू होया तो फिर PR ना मिलिया जी हाँ जी इस तरह दियाँ जिहड़ियां गल्लां बातां बंदा ओवरस्टे हो गया जी फिर जे कोई कपल है उहदे विचों एक नूं वर्क परमिट मिल गया जी दूजे का एक्सटेंड नहीं होया जी फिर कहणगे जी हुण तुसीं वापस चले जाओ जी उत्थों तुहानूं दुबारा मंगा लांगे इदां दियाँ कई तरीकां दियाँ स्कीमां दे विच जिहड़े नवें आए हुए लोग ने इत्थे उन्हां नूं फसाया जांदा कई वारी क्योंकि व्यक्ति दी तमन्ना हुंदी आ वी मेरा कनेडा दे विच ठहरन दा पक्का प्रबंध हो जाए
ਤੇ ਫਿਰ ਇਸ ਤਰ੍ਹਾਂ ਦੇ ਜਿਹੜੇ ਇਹ ਵੱਡੇ ਵੱਡੇ ਕਮਾਈਆਂ ਕਰਨ ਵਾਲੇ ਲੋਕ ਨੇ ਇਸ ਧੰਦੇ ਦੇ ਵਿੱਚੋਂ, ਹਾਂਜੀ, ਉਹ ਕਈ ਵਾਰੀ ਇੱਦਾਂ ਦੀਆਂ ਸਕੀਮਾਂ ਲਿਆ ਕੇ ਲੋਕਾਂ ਨੂੰ ਆਪਣੇ ਜਾਲ ਦੇ ਵਿੱਚ ਪਹਿਲਾਂ ਤਾਂ ਫਸਾ ਲੈਂਦੇ ਨੇ, ਪਰ ਜਦੋਂ ਕੀਤੀਆਂ ਹੋਈਆਂ ਗੱਲਾਂ 'ਤੇ ਉਹ ਪੂਰੇ ਨਹੀਂ ਚੜ੍ਹਦੇ ਅਤੇ ਫਿਰ ਉਹਨਾਂ ਦੇ ਖਿਲਾਫ਼ ਵੀ ਕਾਫ਼ੀ ਲੀਗਲ ਐਕਸ਼ਨਸ ਨੇ ਜਿਹੜੇ, ਇੰਨੀ ਦਿਨੀ ਸਾਨੂੰ ਪਤਾ ਲੱਗ ਰਿਹਾ ਕਿ ਉਹ ਓਨਟੈਰੀਓ ਦੇ ਵਿੱਚ ਹੀ ਚੱਲ ਰਹੇ ਨੇ। ਇੱਕ ਤਾਂ ਤੁਹਾਨੂੰ ਅਸੀਂ ਦੱਸ ਦਈਏ ਕਿ ਭਾਰਤ ਦਾ ਆਜ਼ਾਦੀ ਦਿਵਸ 15 ਦਸੰਬਰ ਮਨਾਉਣ ਦੇ ਲਈ ਭਾਰਤ ਦੇ ਕੌਂਸਲੇਟ ਜਨਰਲ ਦੇ ਵੱਲੋਂ, ਦਿਨੇਸ਼ ਭਾਟੀਆ ਹੋਣਾਂ ਦੇ ਵੱਲੋਂ, ਡੀ ਪੀ ਸਿੰਘ ਹੋਣਾਂ ਨੇ ਇਹ ਉੱਥੋਂ ਇਨਫੋਰਮੇਸ਼ਨ ਭੇਜੀ ਆ ਕਿ ਝੰਡਾ ਚਲਾਇਆ ਜਾਵੇਗਾ ਸਵੇਰੇ ਦਸ ਵਜੇ ਦਾ ਪ੍ਰੋਗਰਾਮ ਹੈ। ਅਤੇ 19 ਅਗਸਤ ਨੂੰ ਉਸ ਤੋਂ ਬਾਅਦ ਯੰਗ ਡੰਡਾਸ ਸਕੁਏਅਰ 'ਤੇ ਜਿਹੜਾ ਇਹ ਸੱਭਿਆਚਾਰਕ ਪ੍ਰੋਗਰਾਮ ਵੀ ਹੋਏਗਾ, ਉੱਥੇ ਪਹੁੰਚ ਰਹੇ ਨੇ ਜਿੰਮੀ ਸ਼ੇਰਗਿੱਲ, ਮਲਕੀਤ ਸਿੰਘ, ਹਾਂਜੀ, ਇਸ ਦੇ ਨਾਲ ਹੀ ਜਿੰਮੀ ਸ਼ੇਰਗਿੱਲ ਨੇ ਜਿਹੜੇ ਉਹ ਮਾਰਸ਼ਲ ਹੋਣਗੇ। ਇਸ ਵਾਰ ਜਿਹੜੀ ਇੰਡੀਆ ਡੇ ਦੀ ਪਰੇਡ ਹੋਏਗੀ ਟੋਰਾਂਟੋ ਡਾਊਨਟਾਊਨ ਦੇ ਵਿੱਚ 19 ਅਗਸਤ ਨੂੰ। ਇਸੇ ਦੌਰਾਨ ਭਾਰਤੀ ਕੌਂਸਲੇਟ ਜਨਰਲ ਤੋਂ ਸਾਨੂੰ ਇਹ ਵੀ ਦੱਸਿਆ ਗਿਆ ਕਿ ਵੀ ਉਹਨਾਂ ਦੀ ਜਿਹੜੀ ਵੈਬਸਾਈਟ ਹੈ ਉਸ ਦਾ ਐਡਰੈਸ ਚੇਂਜ ਹੋ ਗਿਆ, ਪੁਰਾਣੀ ਜਿਹੜੀ ਵੈਬਸਾਈਟ ਸੀ ਉਹ ਬੰਦ ਕਰ ਦਿੱਤੀ ਗਈ ਤੁਰੰਤ। cgitoronto.ca ਜਿਹੜੀ ਵੈਬਸਾਈਟ ਬੜੀ ਪਾਪੂਲਰ ਹੋ ਗਈ ਸੀ, ਹੁਣ ਉਹ ਵੈਬਸਾਈਟ ਜਿਹੜੀ ਉਹਦਾ ਟੋਟਲੀ ਜਿਹੜਾ ਪੋਰਟਲ ਵੀ ਚੇਂਜ ਹੋ ਗਿਆ। ਇੰਡੀਆ ਗਵਰਨਮੈਂਟ ਦਾ ਜੋ ਪੋਰਟਲ ਹੈ ਉਸ 'ਤੇ ਇਸ ਵੈਬਸਾਈਟ ਨੂੰ ਲੈ ਜਾਇਆ ਗਿਆ। cgitoronto ਉੱਦਾਂ ਹੀ ਰਹੇਗਾ, .gov.in ਇਹ ਵੈਬਸਾਈਟ ਗੂਗਲ ਤੁਸੀਂ ਕਰੋਗੇ ਅਤੇ ਤੁਹਾਡੇ ਕੋਲ ਟੋਰਾਂਟੋ ਵਿੱਚ ਭਾਰਤੀ ਕੌਂਸਲ ਜਨਰਲ ਉਸ ਦੀ ਵੈਬਸਾਈਟ ਖੁੱਲ੍ਹੇਗੀ, cgitoronto.gov.in। ਵੱਡੀ ਤਾਦਾਦ ਦੇ ਵਿੱਚ ਭੈਣ ਭਰਾ ਹਨ, ਸੰਗਤ ਹੈ ਜਿਨ੍ਹਾਂ ਨੂੰ ਭਾਰਤ ਦੇ ਕੌਂਸਲੇਟ ਜਨਰਲ ਦੇ ਨਾਲ, ਅੰਬੈਸੀ ਦੇ ਨਾਲ ਪਾਸਪੋਰਟ ਕਰਕੇ, ਵੀਜ਼ਾ ਕਰਕੇ, ਅਦਰਵਾਈਜ਼ ਡਾਕੂਮੈਂਟੇਸ਼ਨ ਕਰਕੇ, ਲਾਈਫ ਸਰਟੀਫਿਕੇਟ ਕਰਕੇ ਉਹਨਾਂ ਦਾ ਸੰਬੰਧ ਹੁੰਦਾ ਜੀ, ਉਹਨਾਂ ਨੂੰ ਕੰਮ ਪੈਂਦੇ ਨੇ, ਹੈ ਨਾ। ਜਿਸ ਤਰ੍ਹਾਂ ਅਸੀਂ ਹਰ ਇੱਕ ਭੈਣ ਭਾਈ ਦੇ ਲਈ ਇਹ ਪਲੇਟਫਾਰਮ ਖੁੱਲ੍ਹਾ ਰੱਖਿਆ ਹੋਇਆ ਕਿ ਤੁਸੀਂ ਕਦੇ ਵੀ ਆਪਣੀ ਗੱਲ ਇੱਥੇ ਆ ਕੇ ਕਰ ਸਕਦੇ ਹੋ, ਤੁਹਾਡੇ ਆਪਣੇ ਵਿਚਾਰ ਜਿਹੜੇ ਮਰਜ਼ੀ ਨੇ ਕਦੀ ਨਹੀਂ ਰੋਕਿਆ, ਹੈ ਨਾ। ਇਸੇ ਤਰ੍ਹਾਂ ਹੀ ਭਾਰਤ ਦੀ ਅੰਬੈਸੀ, ਭਾਰਤ ਦੇ ਕੌਂਸਲੇਟ ਜਨਰਲ ਜੇ ਉਹ ਅਫੀਸ਼ੀਅਲਸ ਆਪਣਾ ਕੋਈ ਸੰਦੇਸ਼ ਸਾਂਝਾ ਕਰਨਾ ਚਾਹੁੰਦੇ ਨੇ ਤਾਂ ਉਹਨਾਂ ਦੇ ਲਈ ਵੀ ਇਹ ਪਲੇਟਫਾਰਮ ਉੱਦਾਂ ਹੀ ਇਕੁਅਲੀ ਖੁੱਲ੍ਹਾ, ਹੈ ਨਾ। ਸੋ ਉਹਨਾਂ ਦੀ ਗੱਲ ਕਰਨ ਦੇ ਨਾਲ ਫਿਰ ਇਹ ਨੀਗਾ ਵੀ ਉਹਨਾਂ ਦੇ ਕੋਈ ਏਜੰਟ ਹੋ ਗਿਆ ਬੰਦਾ ਜਾਂ ਉਹਨਾਂ ਦੇ ਕੋਈ ਤਲਵੇ ਚੱਟਣ ਵਾਲਾ ਬਣ ਗਿਆ ਜਾਂ ਵਗੈਰਾ ਵਗੈਰਾ, ਇੱਦਾਂ ਦੀ ਗੱਲਬਾਤ ਜਿਹੜੀ ਕਈ ਵਾਰੀ ਕੋਲੋਂ ਹੀ ਕਈ ਭਾਈ ਸਾਹਿਬ ਬਣਾ ਲੈਂਦੇ ਨੇ ਜਿਹਦੇ ਵਿੱਚ ਕੋਈ ਵੈਲਿਊ ਨਹੀਂ ਹੁੰਦੀ, ਕੋਈ ਸੱਚਾਈ ਨਹੀਂ ਹੁੰਦੀ, ਬਿਲਕੁਲ ਨਹੀਂ ਸੱਚਾਈ ਹੁੰਦੀ ਕੋਈ। ਇਹ ਸਿਰਫ ਅਤੇ ਸਿਰਫ ਵਿਚਾਰਾਂ ਦੇ ਟਕਰਾਓ ਕਰਕੇ ਉਹਨਾਂ ਨੇ ਕੋਈ ਆਪਣਾ ਟਕਵਾਂਜੀ ਅਜਿਹਾ ਬਣਾਇਆ ਹੁੰਦਾ, ਹੈਂਜੀ, ਵੀ ਉਹਨਾਂ ਦੀ ਬੱਲੇ ਬੱਲੇ ਹੋਈ ਚੱਲੇ ਤਾਂ ਫਿਰ ਬੰਦਾ ਬਹੁਤ ਵਧੀਆ। ਅਤੇ ਜੇ ਸਿਰਫ ਪੱਖੀ ਇੱਕ ਬੈਲੈਂਸ ਰੱਖ ਕੇ ਸਾਰਿਆਂ ਦੀ ਗੱਲ ਕੀਤੀ ਜਾਂਦੀ ਸਾਂਝੀ ਅਤੇ ਫਿਰ ਉਹ ਕਈਆਂ ਨੂੰ ਨਹੀਂ ਵੀ ਚੰਗੀ ਲੱਗਦੀ, ਪਰ ਹੈਂਜੀ ਇਸ ਤਰ੍ਹਾਂ ਦਾ ਇਤਰਾਜ਼ ਨਹੀਂ ਹੋਣਾ ਚਾਹੀਦਾ। ਅਤੇ ਜੀ ਭਾਈ, ਭਾਰਤ ਦੇ ਕੌਂਸਲੇਟ ਜਨਰਲ ਦਾ ਵੈਬਸਾਈਟ ਜੋ ਹੈ cgitoronto.gov.in ਹੈ। ਅਗਲੇ ਦਿਨਾਂ 'ਚ ਜੇ ਤੁਹਾਨੂੰ ਚਾਹੀਦਾ ਹੋਇਆ ਸਾਡੇ ਕੋਲ ਦੁਬਾਰਾ ਵੀ ਲੈ ਸਕਦੇ ਹੋ, ਕਿਉਂਕਿ ਬਹੁਤ ਵਾਰ ਕਾਪੀ ਪੈੱਨ ਰੇਡੀਓ ਦੇ ਨਜ਼ਦੀਕ ਨਹੀਂ ਹੁੰਦਾ, ਜਿਸ ਕਰਕੇ ਤੁਹਾਨੂੰ ਬਹੁਤ ਵਾਰੀ ਫਿਰ ਬਾਅਦ ਦੇ ਵਿੱਚ ਜਦੋਂ ਲੋੜ ਹੁੰਦੀ ਹੈ ਵੈਬਸਾਈਟ ਦੀ ਤਾਂ ਫਿਰ ਤੁਹਾਨੂੰ ਉਹ ਲੱਭਦਾ ਨਹੀਂ ਹੈ। ਦੱਸੀਏ ਇੱਕ ਵਾਰ ਫਿਰ, cgitoronto.gov.in ਭਾਰਤ ਦੀ ਅੰਬੈਸੀ ਦਾ, ਕੌਂਸਲੇਟ ਜਨਰਲ ਦਾ ਟੋਰਾਂਟੋ ਦੇ ਵਿੱਚ ਜੋ ਵੈਬਸਾਈਟ ਹੈ। ਰਾਹਗੀਰ ਗੱਡੀ ਦੇ ਨਾਲ ਟਕਰਾ ਕੇ, ਕਾਰਾਂ ਦੇ ਵਿੱਚ ਵੱਜ ਕੇ, ਜੀਪਾਂ ਦੇ ਵਿੱਚ ਵੱਜ ਕੇ ਕਾਫੀ ਉਹਨਾਂ ਦੀਆਂ ਮੌਤਾਂ, ਜ਼ਖਮੀ ਹੋਣ ਦਾ ਸਿਲਸਿਲਾ ਜਾਰੀ। ਬ੍ਰੈਂਪਟਨ ਦੇ ਵਿੱਚ ਤਾਜ਼ਾ ਦੁਰਘਟਨਾ ਜਿਹੜੀ ਵਾਪਰੀ ਅੱਧੀ ਰਾਤ ਤੋਂ ਬਾਅਦ, ਉਹਦੇ ਵਿੱਚ ਪੈਦਲ ਸੜਕ ਪਾਰ ਕਰ ਰਹੇ ਵਿਅਕਤੀ ਦੀ ਟੱਕਰ ਜਿਹੜੀ ਆ ਕਾਰ ਦੇ ਨਾਲ ਹੋਈ ਹੈ, ਅਤੇ ਇੰਨਾ ਅਚਾਨਕ ਉਹ ਤੇਜ਼ ਚੱਲ ਰਹੀ ਕਾਰ ਦੇ ਅੱਗੇ ਗਲਤ ਜਗ੍ਹਾ ਤੋਂ ਸੜਕ ਪਾਰ ਕਰਦਿਆਂ ਹੈ ਜੀ ਆਇਆ ਕਿ ਗੱਡੀ ਦਾ ਵੀ ਕਾਫੀ ਨੁਕਸਾਨ ਹੋਇਆ, ਉਹਦੀ ਆਪਣੀ ਜਾਨ ਵੀ ਚਲੇ ਗਈ। ਪੁਲਿਸ ਮੌਕੇ 'ਤੇ ਪਹੁੰਚੀ ਅਤੇ ਡਰਾਈਵਰ ਦੇ ਖਿਲਾਫ਼ ਕੋਈ ਚਾਰਜ ਤਾਂ ਨਹੀਂ ਲਗਾਇਆ ਗਿਆ, ਕਿਉਂਕਿ ਪੁਲਿਸ ਨੇ ਇਹ ਮੰਨਿਆ ਦੱਸਿਆ ਕਿ ਵੀ ਉਹ ਭਾਈ ਸਾਹਿਬ ਜਿਨ੍ਹਾਂ ਦੀ ਜਾਨ ਗਈ ਹੈ, ਇੰਨਾ ਅਨਐਕਸਪੈਕਟਡਲੀ ਉਹ ਗੱਡੀ ਦੇ ਅੱਗੇ ਆ ਗਏ ਕਿ ਡਰਾਈਵਰ ਕੋਲ ਕੋਈ ਚਾਂਸ ਨਹੀਂ ਸੀਗਾ ਕਿ ਉਹ ਗੱਡੀ ਨੂੰ ਕੰਟਰੋਲ ਕਰ ਸਕਦਾ, ਰੋਕ ਸਕਦਾ, ਉਸ ਬੰਦੇ ਨੂੰ ਬਚਾ ਸਕਦਾ। ਇੱਕ ਤਾਂ ਇਹ ਦਿਨ ਹਨੇਰਾ ਜੀ, ਜਦੋਂ ਹਨੇਰਾ 3:15 ਰਾਤ ਦੇ ਦੁਰਘਟਨਾ ਵਾਪਰੀ ਹੈ, ਬਿਲਕੁਲ ਜੇ ਕਾਲੇ ਕੱਪੜੇ ਆ ਡਰਾਈਵਰ ਨੂੰ ਨਜ਼ਰ ਨਹੀਂ ਆਏਗਾ, ਹਨੇਰਾ ਵੀ ਹੈ, ਕੋਸ਼ਿਸ਼ ਕਰੋ ਵੀ ਪ੍ਰੋਟੈਕਟਡ, ਹਾਂਜੀ, ਆਪਣੇ ਇੱਕ ਤਰੀਕੇ ਦੇ ਨਾਲ ਹੋ ਕੇ ਪੂਰੀ ਤਰ੍ਹਾਂ ਰਿਫਲੈਕਟਿਵ ਵੈਸਟ ਵਗੈਰਾ ਪਹਿਨ ਕੇ ਫਿਰ ਤੁਸੀਂ ਜਾਓ ਤਾਂ ਕਿ ਡਰਾਈਵਰਾਂ ਨੂੰ ਦੂਰੋਂ ਪਤਾ ਲੱਗੇ। ਘਟਨਾਵਾਂ ਡਰਾਈਵਰਾਂ ਦੀ ਗਲਤੀ ਨਾਲ ਵੀ ਬਹੁਤ ਵਾਪਰਦੀਆਂ ਨੇ, ਅਤੇ ਘਟਨਾਵਾਂ ਜਿਹੜੀਆਂ ਜੀ ਵੀ ਇਸ ਤਰ੍ਹਾਂ ਪੈਡੈਸਟ੍ਰੀਅਨਸ ਦੀ ਗਲਤੀ ਕਰਕੇ ਵੀ ਕਾਫੀ ਵਾਪਰਦੀਆਂ ਨੇ। ਬਚਾਅ ਲੇਕਿਨ ਕਿ ਦੋਨਾਂ 'ਤੇ ਹੋ ਸਕਦਾ, ਸਵਾਲ ਦੇ ਜਵਾਬ ਵਾਲੇ ਪ੍ਰੋਗਰਾਮ ਦੇ ਵਿੱਚ ਆਪਾਂ ਕੀਤਾ ਸੀ ਨਾ ਡਿਸਕਸ, ਕਿੱਦਾਂ ਹੋ ਸਕਦਾ ਬਚਾਅ, ਚੇਤਾ ਹੋਣਾ ਤੁਹਾਨੂੰ, ਕਿੱਦਾਂ ਹੋ ਸਕਦਾ ਬਚਾਅ ਜੇ ਦੋਨੇ ਆਪਣੀ ਰਫ਼ਤਾਰ ਕਾਬੂ ਕਰ ਲੈਣ, ਪੈਦਲ ਚੱਲਣ ਵਾਲੇ ਵੀ,
ਕਾਰਾਂ ਗੱਡੀਆਂ ਤੇ ਚੱਲਣ ਵਾਲੇ ਵੀ ਕਿਉਂਕਿ ਭਈ ਆਮ ਤੌਰ ਤੇ ਜੇ ਬਹੁਤ ਜ਼ਿਆਦਾ ਸਪੀਡ ਨਾ ਹੋਵੇ ਨਾ ਤੇ ਸੜਕ ਤੇ ਡਰਾਈਵਰ ਦੀ ਵੀ ਗੱਡੀ ਦੀ ਵੀ ਤੇ ਗੱਡੀ ਨੂੰ ਕਾਬੂ ਕਰਨਾ ਸੌਖਾ ਰਹਿੰਦਾ ਐਕਸੀਡੈਂਟ ਇਦਾਂ ਜੇ ਅਨਐਕਸਪੈਕਟਡਲੀ ਬੰਦਾ ਵਿੱਚ ਆ ਕੇ ਵੱਜ ਵੀ ਗਿਆ ਤੇ ਨੁਕਸਾਨ ਘੱਟ ਹੋ ਸਕਦਾ ਜੇ ਰਫਤਾਰ ਗੱਡੀ ਦੀ ਕਾਬੂ ਹੇਠ ਹੋਵੇ ਹੁਣ ਅਸੀਂ ਇਹ ਨਹੀਂ ਕਹਿੰਦੇ ਵੀ ਇਹ ਤੇਜ਼ ਜਾ ਰਿਹਾ ਸੀ ਪਰ ਜਿਸ ਤਰੀਕੇ ਦੇ ਨਾਲ ਇੱਕ ਬੰਦਾ ਵੱਜਣ ਦੇ ਨਾਲ ਇਹ ਗੱਡੀ ਦੀ ਭੱਜ ਟੁੱਟ ਹੋਈ ਹੈ ਵਿੰਡਸ਼ੀਲਡ ਟੁੱਟ ਗਈ ਹੈ ਉਸ ਤੋਂ ਲੱਗਦਾ ਵੀ ਕਿ ਜਿਹੜੀ ਹੈ ਗੱਡੀ ਆਪਣੇ ਆਪ ਦੇ ਵਿੱਚ ਵੈਸੇ ਜੇ ਇੰਨੀ ਤੇਜ਼ ਜਾ ਰਹੀ ਸੀ ਤੇ ਉਸ ਸੜਕ ਨੂੰ ਇੱਕਦਮ ਪਾਰ ਕਰਨ ਲੱਗਿਆਂ ਰਾਹਗੀਰ ਨੂੰ ਥੋੜ੍ਹਾ ਜਿਹਾ ਜ਼ਰੂਰ ਸਬਰ ਤੋਂ ਕੰਮ ਲੈਣਾ ਚਾਹੀਦਾ ਸੀ ਖਿਆਲ ਰੱਖਣਾ ਚਾਹੀਦਾ ਸੀ ਆਪਣੀ ਲਾਈਫ ਦਾ ਬਹੁਤ ਅਫਸੋਸ ਹੈ ਕਿ ਜਾਨ ਚਲੀ ਗਈ ਹੈ ਪੀਲ ਰੀਜਨ ਦੇ ਵਿੱਚ 10 ਕਤਲ ਹੋ ਚੁੱਕੇ ਆ ਜੀ ਬ੍ਰੈਂਪਟਨ ਮਿਸਾਗਾ ਦੇ ਵਿੱਚ 10 ਕਤਲ ਹੋ ਚੁੱਕੇ ਨੇ ਹੈ ਨਾ ਕਾਫੀ ਕਤਲ ਹੋ ਰਹੇ ਨੇ ਬ੍ਰੈਂਪਟਨ ਦੇ ਵਿੱਚ 10 ਮਿਸਾਗਾ ਦੇ ਵਿੱਚ 17 ਕਤਲ ਟੋਟਲ ਜਿਹੜੇ ਆ ਪੀਲ ਰੀਜਨ ਦੇ ਵਿੱਚ ਹੋਏ ਆ ਸੋ ਗਨਸ ਗੈਂਗਸ ਡਰੱਗਸ ਇਹਨਾਂ ਦੇ ਕਰਕੇ ਜਿਹੜਾ ਸਭ ਕੁਝ ਚੱਲ ਰਿਹਾ ਜਿਸ 'ਤੇ ਕਿ ਥੋੜ੍ਹਾ ਜਿਹਾ ਕਾਬੂ ਪਾਉਣ ਦੀ ਲੋੜ ਹੈ ਸੋ ਗਨਸ ਗੈਂਗਸ ਅਤੇ ਡਰੱਗਸ ਹੈ ਜੀ ਇਹ ਇਸ਼ੂ ਮੈਨੂੰ ਲੱਗਦਾ ਕਿ ਆਪਣੀਆਂ ਜ਼ਿੰਦਗੀਆਂ ਤੋਂ ਪਹਿਲਾਂ ਵੀ ਸੀਗਾ ਅਤੇ ਲੱਗ ਇਹ ਰਿਹਾ ਵੀ ਸ਼ਾਇਦ ਸਾਡੀਆਂ ਜ਼ਿੰਦਗੀਆਂ ਤੋਂ ਬਾਅਦ ਵੀ ਹੋਊਗਾ ਪਰ ਇਹਨਾਂ ਨੂੰ ਰੋਕਣ ਦੀ ਗੱਲ ਸਦਾ ਚੱਲਦੀ ਰਹਿੰਦੀ ਹੈ ਪਰ ਦੇਖ ਰਹੇ ਹਾਂ ਵੀ ਸਾਰੀ ਦੁਨੀਆਂ ਦੇ ਵਿੱਚ ਕਿਤੇ ਵੀ ਇਹ ਗਨਸ ਗੈਂਗਸ ਡਰੱਗਸ ਘੱਟ ਰਹੇ ਆ ਕੋਈ ਧਰਤੀ ਦਾ ਦੇਸ਼ ਐਸਾ ਲੱਭ ਕੇ ਲਿਆਇਓ ਸਾਨੂੰ ਵੀ ਦੱਸਿਓ ਵੀ ਕਿਹੜਾ ਦੇਸ਼ ਹੈ ਜਿੱਥੇ ਇਹ ਘੱਟ ਰਹੇ ਆ ਕਿਹੜਾ ਦੇਸ਼ ਹੈ ਜਿੱਥੇ ਇਹਦੀ ਵਿਰੋਧ ਤਾਂ ਨਹੀਂ ਹੋ ਰਹੀ ਸਾਰੀ ਦੁਨੀਆ ਗਨਸ ਗੈਂਗਸ ਡਰੱਗਸ ਦੇ ਖਿਲਾਫ ਹੈ ਪਰ ਇਹ ਫਿਰ ਖਤਮ ਕਿਉਂ ਨਹੀਂ ਹੋ ਰਿਹਾ ਸਿਲਸਿਲਾ ਇਹ ਆਪਣੇ ਆਪ ਦੇ ਵਿੱਚ ਇੱਕ ਅਜੀਬ ਬੁਝਾਰਤ ਹੈ ਬੁਝਾਰਤ ਕੱਲ੍ਹ ਨੂੰ ਵੀ ਪਾਈ ਜਾਵੇਗੀ ਪ੍ਰੋਗਰਾਮ ਦੇ ਵਿੱਚ ਇੱਕ ਸਵਾਲ ਪੇਸ਼ ਕੀਤਾ ਜਾਵੇਗਾ ਜਿਸ ਦਾ ਜਵਾਬ ਤੁਸੀਂ ਦਿਓਗੇ ਜੇ ਠੀਕ ਅਤੇ ਟੁਕਮਾ ਤਾਂ ਫਿਰ ਨਿਊ ਸਿਲਵਰ ਸ਼ੌਪ ਤੋਂ ਮਿਲੇਗਾ ਇੱਕ ਦਿਲਕਸ਼ਿਸ਼ਾ ਇਨਾਮ ਜਿਸ ਤਰ੍ਹਾਂ ਕਿ ਪਿਛਲੇ ਮੰਗਲਵਾਰ ਭੈਣ ਜੀ ਮਨਜੀਤ ਕੌਰ ਨੇ ਜਿੱਤਿਆ ਸੀਗਾ ਸ਼ੁੱਧ ਚਾਂਦੀ ਦੀ ਚੇਨੀ ਨੂੰ ਹਾਂਜੀ ਸਵਾਲ ਅਸੀਂ ਕੱਲ੍ਹ ਨੂੰ ਲੈ ਕੇ ਆਵਾਂਗੇ ਦਿਓਗੇ ਤੁਸੀਂ ਜਵਾਬ ਨਿਊ ਸਿਲਵਰ ਸ਼ੌਪ ਦੇ ਸਹਿਯੋਗ ਨਾਲ ਉਦੋਂ ਤੱਕ ਮੈਨੂੰ ਸਤਪਾਲ ਸਿੰਘ ਜੌਹਲ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ